ਦੋਸਤੋ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਲਈ ਕਾਫੀ ਚੰਗੀ ਜੋਬ ਰਿਕਰੂਟਮੈਂਟ ਦੀ ਅਨਾਉਂਸਮੈਂਟ ਹੋਈ ਆ ਪੂਰਾ ਨੋਟਿਸ ਤੁਹਾਨੂੰ ਰੀਡ ਕਰਾਵਾਂਗਾ ਉਸ ਤੋਂ ਪਹਿਲਾਂ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ 40000 ਸਬਸਕ੍ਰਾਈਬਰ ਹੋਣ ਵਾਲੇ ਨੇ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰੋ ਐਂਡ ਕਹੋ ਕਿ ਸਾਡੇ ਫਰੈਂਡ ਦਾ ਚੈਨਲ ਹੈ ਇਸ ਨੂੰ ਜਾ ਕੇ ਸਬਸਕ੍ਰਾਈਬ ਕਰਕੇ ਸਪੋਰਟ ਕਰੋ ਓਕੇ ਦੋਸਤੋ ਤੇ ਹੁਣ ਆਪਾਂ ਗੱਲ ਕਰ ਲਈਨੇ ਆ ਅੱਜ ਦੀ ਜਿਹੜੀ ਜੋਬ ਰਿਕਰੂਟਮੈਂਟ ਆਈ ਹੈ ਦੋਸਤੋ ਕਲਰਕ ਦੀਆਂ ਪੋਸਟਾਂ ਨੇ ਕ ਅੱਠ ਜਿਹੜੀ ਪੋਸਟਾਂ ਨੇ ਪੇ ਸਕੇਲ ਦੀ ਗੱਲ ਕਰੀਏ ਇਸ ਦੇ ਅਕੋਰਡਿੰਗ ਤੁਹਾਡੇ 21000 ਤੱਕ ਸੈਲਰੀ ਲੈਣ ਵਾਲੀ ਹੈ ਇਸ ਤੋਂ ਇਲਾਵਾ ਕੈਂਡੀਡੇਟ ਗ੍ਰੈਜੂਏਸ਼ਨ ਪਾਸ ਬੀਏ ਬੀਐਸਸੀ ਜੋ ਵੀ ਤੁਸੀਂ ਗ੍ਰੈਜੂਏਸ਼ਨ ਪਾਸ ਹੋ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਐਂਡ ਕੈਂਡੀਡੇਟ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਲੈਂਗੁਏਜ ਯਾਨੀ ਪੰਜਾਬੀ ਸਬਜੈਕਟ ਨਾਲ 10ਵੀਂ ਕਲਾਸ ਪਾਸ ਹੋਣੀ ਲਾਜ਼ਮੀ ਹੈ ਸਾਬ ਤੁਹਾਨੂੰ ਕੰਪਿਊਟਰ ਵਿੱਚ ਵਰਡ ਐਂਡ ਸਪ੍ਰੈਡਸ਼ੀਟ ਜਾਂ ਐਕਸਲ ਦੀ ਨੋਲਿਜ ਥੋੜੀ ਬਹੁਤ ਹੋਣੀ ਚਾਹੀਦੀ ਹੈ ਐਂਡ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਤੋਂ ਨੂੰ ਮੈਂ ਦੱਸ ਦੇਣਾ ਕਿਵੇਂ ਇਹ ਅਪਲਾਈ ਕਰਨੀ ਹੈ ਇਸ ਤਰ੍ਹਾਂ ਦਾ ਫਾਰਮਾ ਤੁਹਾਨੂੰ ਡਾਊਨਲੋਡ ਕਰਨਾ ਪਵੇਗਾ ਜੇ ਤੁਸੀਂ ਡਾਊਨਲੋਡ ਕਰ ਲਓਗੇ ਤਾਂ ਠੀਕ ਹੈ ਨਹੀਂ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਟੈਲੀਗ੍ਰam ਐਂਡ ਵਟਸਐਪ ਗਰੁੱਪ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਉਸ ਨੂੰ ਜਾ ਕੇ ਜੁਆਇਨ ਕਰ ਲਓ ਉਸ ਗਰੁੱਪ ਵਿੱਚ ਸਾਨੂੰ ਦੱਸ ਦਿਓਗੇ ਸਹੀ ਪਰਫਾਰਮਾ ਸੈਂਡ ਕਰ ਦਿਓ ਤਾਂ ਮੈਂ ਇਹ ਡਾਊਨਲੋਡ ਕਰਕੇ ਤੁਹਾਨੂੰ ਇਹ ਪਰਫਾਰਮਾ ਸੈਂਡ ਕਰ ਦੇਵਾਂਗਾ ਇਸ ਤੋਂ ਬਾਅਦ ਕਰਨਾ ਕੀ ਹੈ ਤੁਸੀਂ ਇਸ ਦਾ ਪਰਫਾਰਮੇ ਦਾ ਪ੍ਰਿੰਟ ਕਰਵਾਉਣਾ ਹੈ ਅਤੇ ਇਸ ਨੂੰ ਫਿਲ ਕਰ ਲੈਣਾ ਨੋਰਮਲ ਜੀ ਡਿਟੇਲ ਹੈ ਅਤੇ ਫੋਟੋ ਲਾ ਲੈਣੀ ਹੈ ਆਪਣਾ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ এডੂਕੇਸ਼ਨ ਕੁਆਲਿਫਿਕੇਸ਼ਨ ਕੈਟਾਗਰੀ ਤੇ ਪਰਮਾਨੈਂਟ ਐਡਰੈਸ ਇਸ ਤਰ੍ਹਾਂ ਦਾ ਜਿਹੜੀ ਵੀ ਡਿਟੇਲ ਹੈ ਜਿਹੜੇ ਤੁਸੀਂ ਨਾਰਮਲੀ ਭਰ ਹੀ ਲਓਗੇ ਇਸ ਨੂੰ ਭਰ ਕੇ ਬਾਈ ਪੋਸਟ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਸੈਂਡ ਕਰਨਾ ਤੇ ਕਿਵੇਂ ਕਰਨਾ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਉਸ ਤੋਂ ਪਹਿਲਾਂ ਜਸਟ ਸਿਲੈਕਸ਼ਨ ਪ੍ਰੋਸੈਸ ਆਪਾਂ ਦੇਖ ਲੈਨੇ ਆ ਤਾਂ ਦੋਸਤੋਂ ਰਿਟਨ ਟੈਸਟ ਐਗਜ਼ਾਮ ਹੋਵੇਗਾ ਕੋਈ ਜ਼ਿਆਦਾ ਟਫ ਐਗਜ਼ਾਮ ਨਹੀਂ ਹੈ ਸਾਰਾ ਸਿਲੇਬਸ ਮੈਂ ਤੁਹਾਨੂੰ ਆਪਣੇ ਚੈਨਲ ਤੇ ਕਵਰ ਕਰਵਾ ਦੇਵਾਂਗਾ ਜੇ ਤੁਹਾਡੀ ਡਿਮਾਂਡ ਆਉਂਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਜੇ ਤੁਸੀਂ ਇਹ ਪੋਸਟ ਨੂੰ ਫਿਲ ਕਰੋਗੇ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਕਿ ਜਿਹੜਾ ਇਹ ਸਿਲੇਬਸ ਹੈ ਇਸ ਦੇ ਰਿਲੇਟਡ ਕਲਾਸਸ ਪ੍ਰੋਵਾਈਡ ਕਰਵਾ ਦਿਓ ਲਗਭਗ ਮੈਂ 4-5 ਦਿਨਾਂ ਚ ਇਹ ਪੂਰਾ ਜਿਹੜਾ ਇਹ ਇੰਗਲਿਸ਼ ਕੰਪੋਜੀਸ਼ਨ ਪੰਜਾਬੀ ਤੇ ਜਨਰਲ ਨੋਲੇਜ ਦੇ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇ ਐਗਜ਼ਾਮ ਵਿੱਚ ਉਹ ਤੁਹਾਨੂੰ ਕਵਰ ਕਰਵਾ ਦੇਵਾਂਗਾ ਤਾਂ ਦੋਸਤੋ ਸਿੱਧੀ ਜਿਹੀ ਗੱਲ ਹੈ ਸਿলেকਸ਼ਨ ਕਿਵੇਂ ਹੋਵੇਗੀ ਰਿਟਨ ਸੀਬੀਟੀ 베ਸਡ ਐਗਜ਼ਾਮ ਦੇ ਥਰੂ ਹੋਵੇਗੀ ਜਿਹੜੀ ਮੈਰਿਟ ਲਿਸਟ ਬਣੇਗੀ ਜਿਸ ਦਾ ਮੈਰਿਟ ਲਿਸਟ ਵਿੱਚ ਨਾਮ ਆ ਗਿਆ ਉਹ ਸਿਲੈਕਟ ਹੋ ਜਾਵੇਗਾ ਉਹ ਦੋਸਤੋ ਇਸ ਤੋਂ ਬਾਅਦ ਇਹ ਅਪਲਾਈ ਕਿਵੇਂ ਕਰਨੀ ਆ ਪਰਫਾਰਮਾ ਤੁਸੀਂ ਫਿਲ ਕਰ ਲਿਆ ਹੁਣ ਬੁੱਕਸਟੋਰ ਤੇ ਜਾਣਾ ਆਪਾਂ ਤੇ ਬੁੱਕਸਟੋਰ ਤੇ ਜਾ ਕੇ ਐਨਵੈਲਪ ਲੈਣਾ ਐਨਵੈਲਪ ਪਰ ਜਿਹੜੇ ਵੀ ਆਪਣਾ ਹੀ ਪਰਫਾਰਮਾ ਤੇ ਜਿਹੜੇ ਵੀ ਡਾਕੂਮੈਂਟ ਆਪਾਂ ਅਟੈਚ ਕੀਤੇ ਨੇ ਇਹਦੇ ਨਾਲ ਉਸ ਨੂੰ ਉਸ ਐਨਵੈਲਪ ਲਫਾਪੇ ਵਿੱਚ ਕਵਰ ਅਪ ਕਰਕੇ ਡਾਕਖਾਨੇ ਵੀ ਤੇ ਜਾਣਾ ਤੇ ਸਪੀਡ ਪੋਸਟ ਕਰ ਦੇਣੀ ਆ ਇਹਨਾਂ ਦੇ ਐਸ ਦਿੱਤੇ ਹੋਏ ਪਤੇ ਉੱਪਰ ਆਫਿਸ ਹੌਫ ਦਾ ਡਿਸਟ੍ਰਿਕਟ ਅਨਸੈਸ ਜੱਜ ਪਠਾਨਕੋਟ